ਮੂਸੇ ਵਾਲਾ ਆਪਣੇ ਬਿਆਨ ਦਰਜ ਕਰਵਾਉਣ ਵਾਸਤੇ ACP ਸਾਊਥ ਲੁਧਿਆਣਾ ਦੇ ਦਫ਼ਤਰ ਪਹੁੰਚੇ ਹੋਏ ਨੇ, ਕਿਉਂਕਿ ਉਹਨਾਂ ਦੇ ਖਿਲਾਫ਼ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀਗੀ ਕਿ ਉਹ ਆਪਣੇ ਲਗਾਤਾਰ ਗਾਣਿਆਂ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ, ਜੋ ਹਾਈ ਕੋਰਟ ਦੇ ਡਾਇਰੈਕਸ਼ਨ ਦੀ ਸਿੱਧੀ ਸਿੱਧੀ ਉਲੰਘਣਾ। ਪਰ ਇੱਥੇ ਇੱਕ ਹੋਰ ਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ACP ਗਿੱਲ, ACP ਸਾਊਥ ਜਸ਼ਨਦੀਪ ਸਿੰਘ ਗਿੱਲ ਦੇ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ। ਸਿੱਧੂ ਮੂਸੇਵਾਲੇ ਦੇ ਨਾਲ ਇੱਕ ਤਸਵੀਰ ਲੈਣ ਵਾਸਤੇ, ਇੱਕ ਸੈਲਫੀਆਂ ਲੈਣ ਵਾਸਤੇ ਲਗਾਤਾਰ ਪਿਛਲੇ 2 ਘੰਟੇ ਤੋਂ ਵੱਧ ਤੋਂ ਇੱਥੇ ਲੋਕ ਮੌਜੂਦ ਨੇ। ਨੌਜਵਾਨ ਇੱਥੇ ਵੱਡੀ ਗਿਣਤੀ 'ਚ ਪਹੁੰਚੇ ਹੋਏ ਨੇ। ਕੁਛ ਜਿਹੜੇ ਹੈਗੇ ਆ ਪੁਲਿਸ ਅਫਸਰਾਂ ਦੇ ਨਜ਼ਦੀਕੀ ਨੇ, ਰਿਸ਼ਤੇਦਾਰ ਨੇ, ਅਤੇ ਕੁਛ ਪੁਲਿਸ ਅਫਸਰਾਂ ਦੇ ਬੇਟੇ ਵੀ, ਬੱਚੇ ਵੀ ਇਸ ਦੇ ਵਿੱਚ ਸ਼ਾਮਿਲ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ, ਬੇਸ਼ੱਕ ਸਿੱਧੂ ਮੂਸੇਵਾਲਾ ਆਪਣੇ ਬਿਆਨ ਦਰਜ ਕਰਵਾਉਣ ਵਾਸਤੇ ਆਏ ਨੇ, ਪਰ ਭਾਅ ਜੀ ਤੁਸੀਂ ਕਿੱਥੋਂ ਆਏ ਹੋ? ਦੱਸ ਬੋਲ। ਸ਼ਿਮਲਾਪੁਰੀ ਤੋਂ ਆਇਆ ਜੀ, ਬਾਈ ਨੂੰ ਮਿਲਣ ਆਏ ਸੀਗੇ। ਪਤਾ ਲੱਗਿਆ ਵੀ ਆਦਮਨਗਰ ਥਾਣੇ 'ਚ ਇੱਕ ਸ਼ਿਕਾਇਤ ਦਿੱਤੀ ਗਈ ਹੈ, ਅਤੇ ਉਹ ਇਸ ਦੌਰਾਨ ਅਸੀਂ ਮਿਲਣ ਆਏ ਸੀਗੇ ਉਹਨਾਂ ਨੂੰ। ਤਸਵੀਰਾਂ ਦੇਖ ਸਕਦੇ ਹੋ, ਕੁਛ ਪੁਲਿਸ ਅਫਸਰਾਂ ਦੇ ਨਜ਼ਦੀਕੀ ਜਿਹੜੇ ਰਿਸ਼ਤੇਦਾਰ ਨੇ, ਉਹਨਾਂ ਦੇ ਬੱਚੇ ਵੀ ਇੱਥੇ ਪਹੁੰਚੇ ਹੋਏ ਨੇ। ਬੇਸ਼ੱਕ ਸ਼ਿਕਾਇਤ ਦੇ ਉੱਤੇ ਬਿਆਨ ਦਰਜ ਕਰਵਾਉਣ ਵਾਸਤੇ ਬੁਲਾਇਆ ਗਿਆ ਸੀਗਾ ਸਿੱਧੂ ਮੂਸੇਵਾਲੇ ਨੂੰ, ਪਰ ਇੱਥੇ ਅਲੱਗ ਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਇੱਕ ਇੱਕ ਕਰਕੇ ਤਸਵੀਰਾਂ ਦੇਖ ਸਕਦੇ ਹੋ ਕਿ ਆਫਿਸਰ ਦੇ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ ਇੱਕ ਇੱਕ ਕਰਕੇ ACP ਗਿੱਲ ਦੇ ਆਫਿਸ ਦੇ ਵਿੱਚ ਅੰਦਰ ਲਿਜਾਇਆ ਜਾ ਰਿਹਾ, ਤਾਂ ਕਿ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੀ ਤਸਵੀਰ ਖਿਚਵਾਈ ਜਾ ਸਕੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇੱਕ ਇੱਕ ਕਰਕੇ ਆਫਿਸਰ ਅਤੇ ਪੁਲਿਸ ਅਫਸਰਾਂ ਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਨੇ, ਉਹਨਾਂ ਦੇ ਬੱਚੇ ਅਤੇ ਵੱਡੀ ਗਿਣਤੀ ਦੇ ਯੂਥ ਇੱਥੇ ਮੌਜੂਦ ਹੈ, ਜਿਨ੍ਹਾਂ ਨੂੰ ਤਸਵੀਰਾਂ ਵਾਸਤੇ ਇੱਕ ਇੱਕ ਕਰਕੇ ACP ਗਿੱਲ ਦੇ ਦਫ਼ਤਰ ਦੇ ਵਿੱਚ ਲਿਜਾਇਆ ਜਾ ਰਿਹਾ। ਕਿਆ ਨਾਮ ਹੈ? ਰੋਹਿਤ ਦੇ ਨਾਲ ਵਿਵੇਕਤਾ, ਦੈਨਿਕ ਸਵੇਰਾ TV ਲੁਧਿਆਣਾ। ਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ: ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ। ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ। ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।